ਬਹਾਦਰ ਨਗਰ ਰੋਡ ਬਲਟੋਹਾ ਤੇ ਨਾਕਾ ਲਗਾ ਕੇ ਇੱਕ ਵਿਅਕਤੀ ਪਾਸੋਂ 1500 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਦਰੋਪ ਦਈਆ, ਐਸਐਸਪੀ ਤਰਨਤਾਰਨ ਜੀ ਦੀਆਂ ਜਿਹੜੀਆਂ ਸਖਤ ਹਦਾਇਤਾਂ ਦੇ ਅਨੁਸਾਰ ਜਿਹੜਾ ਨਸ਼ੇ ਦੇ ਵਿਰੁੱਧ ਵੱਡੀ ਮੁਹਿੰਮ ਦੇ ਤਹਿਤ ਏਐਸਆਈ ਸਾਡੇ ਦਰਸ਼ਨ ਸਿੰਘ ਥਾਣਾ ਬਲਟੋਹਾ ਤੋਂ ਇਹਨਾਂ ਨੇ ਬਹਾਦਰ ਨਗਰ ਆਪਣਾ ਜਿਹੜਾ ਉੱਥੇ ਪੁਲਿਸ ਵਾਲਾ ਦੇ ਨਾਕਾ ਲਾਇਆ ਸੀਗਾ ਅਤੇ ਇੱਕ ਜਿਹੜਾ ਵਿਅਕਤੀ ਆ ਉਹ ਨੱਥਾ ਸਿੰਘ ਪੁੱਤਰ ਜੂਨ ਸਿੰਘ ਕੌਮ ਮਜਬੀ ਵਾਸੀ ਪਲਾਸੌਰ ਆਇਆ, ਜਿਹਨੂੰ ਸ਼ੱਕ ਦੀ ਬਿਨਾਂ 'ਤੇ ਰੋਕਿਆ ਗਿਆ। ਜਿਹਦੇ ਕੋਲ ਸ਼ੱਕ ਹੋਇਆ ਵੀ ਇਹਦੇ ਕੋਈ ਨਸ਼ੀਲੀ ਵਸਤੂ ਹੈਗੀ ਆ, ਜਿਹਦੇ ਸੰਬੰਧ ਵਿੱਚ ਉਹਨਾਂ ਨੇ ਜਿਹੜਾ ਸਾਡੇ ਮੁੱਖ ਅਫਸਰ ਥਾਣਾ ਸ਼੍ਰੀ ਬਲਵਿੰਦਰ ਸਿੰਘ ਜੀ ਨੂੰ ਫੋਨ ਦੇ ਉੱਤੇ ਦੱਸਿਆ, ਜਿਨ੍ਹਾਂ ਨੇ ਐਸਆਈ ਕੇਵਲ ਸਿੰਘ ਨੂੰ ਉੱਥੇ ਮੌਕਾ 'ਤੇ ਭੇਜਿਆ ਅਤੇ ਜਿਹੜਾ ਉਹਦੇ ਕੋਲੋਂ ਸਾਰਾ ਜਿਹੜਾ ਜ਼ਾਬਤੇ ਅਨੁਸਾਰ ਕਾਰਵਾਈ ਕਰਕੇ ਇਹਦੀ ਜਿਹੜੀ ਦੋਸ਼ੀ ਦੀ ਆ ਤਲਾਸ਼ੀ ਕੀਤੀ ਗਈ, ਜਿਹਦੇ ਕੋਲ ਇੱਕ ਮੋਮੀ ਲਿਫਾਫੇ ਦੇ ਵਿੱਚ ਵਲੇਟੀਆਂ ਹੋਈਆਂ, 1500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ, ਜਿਹਦੇ ਤਹਿਤ ਜਿਹੜਾ ਮੁਕੱਦਮਾ ਨੰਬਰ 75 ਡੇਟਡ 21/5/20 ਅੰਡਰ ਸੈਕਸ਼ਨ NDPS ਐਕਟ ਤਹਿਤ ਦਰਜ ਕਰਕੇ ਇਹਦੀ ਗ੍ਰਿਫਤਾਰੀ ਪਾਈ ਗਈ ਆ ਅਤੇ ਦੋਸ਼ੀ ਦਾ ਜਿਹੜਾ ਹੈਗਾ ਵਾ ਅੱਜ ਰਿਮਾਂਡ ਲਿਆ ਜਾ ਰਿਹਾ ਅਤੇ ਰਿਮਾਂਡ ਦੌਰਾਨ ਪੁੱਛ ਕੇ ਕਰਕੇ ਇਹਦੇ ਕੋਲ ਲਾਇਆ ਜਾਏਗਾ ਕਿ ਵੀ ਇਹ ਗੋਲੀਆਂ ਕਿੱਥੋਂ ਲਿਆਉਂਦਾ ਸੀ ਅਤੇ ਅੱਗੇ ਕਿੱਥੇ ਵੇਚਦਾ ਸੀਗਾ। ਇਹਦੇ ਬਾਰੇ ਜਿਹੜੀ ਆ ਡੰਗਿਆਈ ਨਾਲ ਅਜੇ ਪੜਤਾਲ ਕੀਤੀ ਜਾ ਰਹੀ ਹੈ। ਇਹਦੇ ਬਾਰੇ ਵੀ ਵੇਰੀਫਾਈ ਕੀਤਾ ਜਾ ਰਿਹਾ ਵਾ, ਉਹ ਮੁਤਲਕ ਇਹ 2-3 ਜਗ੍ਹਾ ਦੇ ਉੱਤੇ ਰਹਿੰਦਾ ਰਿਹਾ ਵਾ, ਪਹਿਲਾਂ ਇੱਥੇ ਪਿੰਡ ਦਾ ਇੱਧਰ ਸੀਗਾ, ਫਿਰ ਬਾਅਦ ਦੇ ਵਿੱਚ ਪਲਾਸੁਰ ਚਲ ਗਿਆ। ਦੋਵਾਂ ਤਿੰਨਾਂ ਥਾਣਿਆਂ ਦੇ ਵਿੱਚੋਂ ਇਹਦਾ ਪਤਾ ਕਰਾਇਆ ਜਾਏਗਾ ਵੀ ਇਹਦੇ ਖਿਲਾਫ਼ ਕੋਈ ਮੁਕੱਦਮਾ ਦਰਜ ਹੈ ਜਾਂ ਨਹੀਂ।